ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਸਰੋਤੇ ਜਿਵੇਂ ਜਾਣਦੇ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਮਹਾਰਾਜਾ ਬੈਂਕਟ ਹਾਲ ਜਿੱਥੇ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ 20 ਫਰਵਰੀ ਨੂੰ ਅਤੇ ਉਸੇ ਹੀ ਉਪਲਕਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਇੱਥੇ ਇੱਕ ਅੱਜ ਬੈਠਕ ਰੱਖੀ ਗਈ ਹੈ ਜਿਹਦੇ ਵਿੱਚ ਬਹੁਤ ਸਾਰੇ ਗੈਸਟ ਜੋ ਕਿ ਪਹੁੰਚੇ ਹੋਏ ਨੇ ਅਤੇ ਆਪਣੇ ਨਾਲ ਹੁਣ ਹਰਨੇਕ ਸਿੰਘ ਮਠਾਰੂ ਜੀ ਹਾਜ਼ਰ ਨੇ ਇਹ ਬਹੁਤ ਸਾਲਾਂ ਤੋਂ ਲਗਭਗ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਲਾਤ ਬਣੇ ਹੋਏ ਤਾਂ ਉਹਨਾਂ ਹਾਲਾਤਾਂ ਨੂੰ ਜਦੋਂ ਅਸੀਂ ਕੈਨੇਡਾ ਵਰਗੇ ਦੇਸ਼ਾਂ ਨਾਲ ਕੰਪੇਅਰ ਕਰਦੇ ਹਾਂ ਆਖਰ ਨੂੰ ਇੱਥੇ ਵੀ ਬੰਦੇ ਰਹਿੰਦੇ ਹੈਗੇ ਉੱਥੇ ਵੀ ਬੰਦੇ ਰਹਿੰਦੇ ਅਗਰ ਸਾਡੇ ਵਰਗੇ ਬੰਦੇ ਇੱਥੇ ਆ ਕੇ ਵੀ ਕਾਮਯਾਬ ਹੋ ਸਕਦੇ ਹੈਗੇ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਕਾਮਯਾਬ ਹੋ ਸਕਦੇ ਕੀ ਗੱਲ ਹੈਗੀ ਵੀ ਕਿਉਂ ਸਾਨੂੰ ਭੱਜਣਾ ਪੈਂਦਾ ਹੈਗਾ 22 ਸਾਲ ਦੇ ਵਿੱਚ ਛੱਡ ਕੇ ਮੈਂ ਉੱਥੋਂ ਸਾਰਾ ਕੁਛ ਇੱਧਰ ਨੂੰ ਤੁਰਿਆ ਆ ਤਾਂ ਮਤਲਬ ਮੇਰਾ ਕਹਿਣ ਦਾ ਇਹ ਹੈਗਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਕੇਜਰੀਵਾਲ ਉਹ ਵੱਡੇ ਚੰਗੇ ਅਫਸਰ ਲੱਗੇ ਸੀ IRS ਦੇ ਵਿੱਚ ਤਾਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਸਿਸਟਮ ਕਿੰਨਾ ਖਰਾਬ ਹੋ ਚੁੱਕਾ ਹੈਗਾ ਉਹ ਸਿਸਟਮ ਨੂੰ ਚੇਂਜ ਕਿਸ ਤਰ੍ਹਾਂ ਕਰਨਾ ਉਹਨਾਂ ਨੇ ਇੱਕ ਪੂਰੀ ਸਕੀਮ ਬਣਾਈ ਇੱਕ ਵਿਜ਼ਨ ਬਣਾਇਆ ਆਪਣੀ ਕਮਿਟਮੈਂਟ ਲੈ ਕੇ ਉਸ ਰਾਹ ਦੇ ਉੱਤੇ ਤੁਰੇ ਤਾਂ ਸਾਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਓਨੈਸਟੀ ਹੈ ਜੋ ਕੁਛ ਉਹਨਾਂ ਨੇ ਦਿੱਲੀ ਦੇ ਵਿੱਚ ਕਰਕੇ ਦਿਖਾ ਦਿੱਤਾ ਕਿਸ ਤਰ੍ਹਾਂ ਆਮ ਜਨਤਾ ਦੀ ਭਲਾਈ ਦੇ ਲਈ ਕੰਮ ਕੀਤੇ ਚਾਹੇ ਉਹ ਐਜੂਕੇਸ਼ਨ ਸਿਸਟਮ ਹੈਗਾ ਚਾਹੇ ਹੈਲਥ ਕੇਅਰ ਸਿਸਟਮ ਹੈ ਚਾਹੇ ਬਿਜਲੀ ਹੈ ਚਾਹੇ ਪਾਣੀ ਹੈ ਚਾਹੇ ਟਰਾਂਸਪੋਰਟੇਸ਼ਨ ਹੈ ਇਹ ਸਾਰੀਆਂ ਚੀਜ਼ਾਂ ਬਿਨਾਂ ਕਰਪਸ਼ਨ ਐਂਡ ਕਰੇ ਤੋਂ ਨਹੀਂ ਹੋ ਸਕਦੀਆਂ ਕਿਉਂਕਿ ਜਿਹੜਾ ਪੈਸਾ ਨਹੀਂ ਕੁਛ ਲੋਕਾਂ ਦੇ ਕੋਲ ਚਲਾਇਆ ਜਾਂਦਾ ਹੈਗਾ ਪੋਲੀਟੀਕਲ ਲੀਡਰਾਂ ਦੇ ਕੋਲ ਚਲਾਇਆ ਜਾਂਦਾ ਬਿਊਰੋਕਰੈਟਸ ਦੇ ਕੋਲ ਚਲਾਇਆ ਜਾਂਦਾ ਉਹ ਪੈਸਾ ਜਦੋਂ ਤੱਕ ਆਮ ਦੇਸ਼ ਦੇ ਸੂਬੇ ਦੇ ਖਜ਼ਾਨੇ ਵਿੱਚ ਨਹੀਂ ਜਾਂਦਾ ਉਦੋਂ ਤੱਕ ਤੁਸੀਂ ਜਨਤਾ ਦੀ ਭਲਾਈ ਦੇ ਕੰਮ ਨਹੀਂ ਕਰ ਸਕਦੇ ਜੀ ਬਿਲਕੁਲ ਸੋ ਇਹ ਗੱਲ ਵੀ ਥੋੜੀ ਠੀਕ ਹੈ ਜਿਵੇਂ ਆਪਾਂ ਦਿੱਲੀ ਦੇ ਵਿੱਚ ਆਪਾਂ ਡਿਵੈਲਪਮੈਂਟ ਦੇਖਦੇ ਹਾਂ ਸੋ ਤੁਹਾਨੂੰ ਕੀ ਲੱਗਦਾ ਕਿ ਜੇ ਆਉਣ ਵਾਲੇ ਸਾਲਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਉਹੀ ਸਭ ਚੀਜ਼ਾਂ ਆਪਾਂ ਪੰਜਾਬ ਵਿੱਚ ਵੀ ਦੇਖ ਸਕਦੇ ਹਾਂ ਦੇਖੋ ਬਹੁਤ ਹੱਦ ਤੱਕ ਉਹ ਕਰਨਗੇ ਉਹ ਚੀਜ਼ਾਂ ਠੀਕ ਹੈ ਤਾਂ ਪੰਜਾਬ ਦੇ ਥੋੜ੍ਹੇ ਬਹੁਤੇ ਹਾਲਾਤ ਡਿਫਰੈਂਟ ਹੋ ਸਕਦੇ ਹੈਗੇ ਇਸ ਕਰਕੇ ਪੈਸਾ ਉਨੀ ਛੇਤੀ ਅਵੇਲੇਬਲ ਨਹੀਂ ਹੋ ਸਕਦਾ ਉੱਥੇ ਪਰ ਫਿਰ ਵੀ ਅਗਰ ਉਹ ਕਰਪਸ਼ਨ ਐਂਡ ਕਰਨ ਤਾਂ ਇੱਕ ਲੀਡਰ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਜਿਹਦੇ ਕੋਲ 7 ਕਿੱਲੇ ਜ਼ਮੀਨ 5-4 ਲੱਖ ਰੁਪਈਆ ਤਾਂ ਅੱਜ ਉਹਨਾਂ ਦੇ ਕੋਲ 35,000 ਕਰੋੜ ਰੁਪਈਆ ਹੈਗਾ 5,000 ਕਿੱਲੇ ਜ਼ਮੀਨ ਹੈਗੀ ਮਤਲਬ ਇਹ ਸਾਰੀਆਂ ਗੱਲਾਂ ਹੈਗੀਆਂ ਵੀ ਜਿੱਥੇ ਰਾਜਾ ਜਿਹੜਾ ਹੈਗਾ ਜਦੋਂ ਉਹ ਅਮੀਰ ਹੋਣ ਲੱਗ ਜਾਂਦਾ ਬਿਜ਼ਨਸ 'ਚ ਪੈ ਜਾਂਦਾ ਫਿਰ ਜਿਹੜੀ ਆਮ ਜਨਤਾ ਹੈਗੀ ਜਿਹੜੇ ਵਪਾਰੀ ਕਲਾਸ ਹੈ ਉਹ ਸਾਰੇ ਘਟਨੇ ਸ਼ੁਰੂ ਹੋ ਜਾਂਦੇ ਹੈਗੇ ਇਸ ਕਰਕੇ ਮੈਨੂੰ ਆਸ ਹੈਗੀ ਵੀ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੀ ਆਉਂਦੀ ਹੈ ਤਾਂ ਇਹ ਆਪਣਾ ਮਤਲਬ ਇੱਕ ਕਲੀਨ ਗੌਰਮੈਂਟ ਦੇਣਗੇ ਓਨੈਸਟ ਗੌਰਮੈਂਟ ਦੇ ਓਨੈਸਟ ਨੀਤੀਆਂ ਲੈ ਕੇ ਆਉਣਗੇ ਉਹਨਾਂ ਨੀਤੀਆਂ ਦੇ ਵਿੱਚ ਜਿਹੜੇ ਬਿਜ਼ਨਸ ਕਮਿਊਨਿਟੀ ਹੈ ਉਹ ਵੀ ਉੱਥੇ ਕਾਰੋਬਾਰ ਕਰਨਗੇ ਕਾਰੋਬਾਰ ਕਰਨਗੇ ਕੰਮ ਚੱਲੇਗਾ ਟੈਕਸ ਮਿਲੇਗਾ ਲੋਕਾਂ ਦੇ ਨਾਲ ਫਿਰ ਖਜ਼ਾਨੇ ਦੇ ਵਿੱਚ ਪੈਸੇ ਆਉਣਗੇ ਫਿਰ ਉਹ ਲੋਕਾਂ ਦੇ ਕੰਮ ਕਰ ਸਕਦੇ ਹੈ ਜੀ ਬਿਲਕੁਲ ਸੋ ਇਸੇ ਦੇ ਨਾਲ ਤੁਸੀਂ ਸੁਨੇਹਾ ਜੋ ਇੱਥੇ ਪੰਜਾਬੀ ਵਾਸਤੇ ਨੇ ਆਪਣੇ ਬਹੁਤ ਲੋਕ ਹੈ ਜਿਹੜੇ ਉੱਥੋਂ ਦੇ ਹਲਕਿਆਂ ਤੋਂ ਬਿਲੋਂਗ ਕਰਦੇ ਨੇ ਉਹਨਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਕਿਸ ਤਰ੍ਹਾਂ ਉਹ ਐਨਕਰੇਜ ਕਰ ਸਕਦੇ ਆ ਦੇਖੋ ਇਸ ਤਰ੍ਹਾਂ ਹੈਗਾ ਵੀ ਇੱਥੇ ਵੀ ਜਿਹੜੇ ਆਪਣੇ ਪ੍ਰਵਾਸੀ ਭਾਈ ਬੈਠੇ ਭੈਣਾਂ ਬੈਠੀਆਂ ਹੈਗੀਆਂ ਪਹਿਲਾਂ ਤਾਂ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਅੰਡਰਸਟੈਂਡ ਕਰਨ ਵੀ ਆਮ ਆਦਮੀ ਪਾਰਟੀ ਹੈ ਕੀ ਕਰਨਾ ਚਾਹੁੰਦੀ ਹੈ ਕਿਉਂ ਆਈ ਆਮ ਆਦਮੀ ਪਾਰਟੀ ਅੱਗੇ ਜਦੋਂ ਉਹ ਸਮਝਦੇ ਹੋ ਉਸ ਚੀਜ਼ ਨੂੰ ਤਾਂ ਫਿਰ ਉਹ ਸੁਨੇਹਾ ਉੱਥੇ ਦਿਓ ਆਪਣੇ ਭਾਈਚਾਰੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੁਸੀਂ ਇੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਇਸ ਹਲਕੇ ਦਾ ਉਹਦੇ ਨਾਲ ਰਾਬਤਾ ਕਾਇਮ ਕਰੋ ਉਹਦੀ ਸਪੋਰਟ ਕਰੋ ਉਹਦੇ ਨਾਲ ਡੋਰ ਟੂ ਡੋਰ ਕੈਂਪੇਨ ਕਰੋ ਤਾਂ ਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਤੇ ਲੋਕ ਸਾਰੇ ਇਲਾਕੇ ਉਹਦੀ ਸਪੋਰਟ ਕਰਨ ਤੇ ਉਹਦੀ ਜਿੱਤ ਹੋਵੇ ਜੀ ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਥੈਂਕ ਯੂ ਜੀ ਥੈਂਕ ਯੂ